ਹੈਲੋ ਵੈਲਕਮ ਟੂ ਆਲ ਇਨ ਮਾਈ ਚੈਨਲ ਕਨਸੈਪਟ ਗੁਰੂ ਹੈਗੇ ਤੇ ਮੈਂ ਹਾਂ ਤੁਹਾਡਾ ਹੋਸ ਅਸ਼ਵਨੀ ਕੁਮਾਰ ਪਿਆਰੇ ਵਿਦਿਆਰਥੀਓ ਪੰਜਾਬ ਸਕੂਲ ਸਕੂਲ ਸਿੱਖਿਆ ਬੋਰਡ ਨੇ 5ਵੀਂ 8ਵੀਂ ਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪਾਸ ਕਰ ਦਿੱਤਾ ਹੈ ਸੋ ਬਿਨਾ ਇਮਤਿਹਾਨ ਦੇ ਕਲਾਸਾਂ ਵਿੱਚ ਅਗਲੀਆਂ ਕਲਾਸਾਂ ਵਿੱਚ ਪ੍ਰਮੋਟ ਕਰ ਦਿੱਤਾ ਹੈ 5ਵੀਂ 8ਵੀਂ ਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਤੇ 8ਵੀਂ ਦੇ ਸ਼ਾਇਦ ਕੁਝ ਪੇਪਰ ਹੋ ਗਏ ਸਨ ਪਰ 10ਵੀਂ ਦਾ ਅਜੇ ਕੋਈ ਫਾਈਨਲ ਐਗਜ਼ਾਮ ਨਹੀਂ ਸੀ ਹੋਇਆ ਤੇ ਇਹਨਾਂ ਨੂੰ ਇੰਟਰਨਲ ਅਸੈਸਮੈਂਟ ਜਾਂ ਅ ਪ੍ਰੀ ਬੋਰਡ ਇਮਤਿਹਾਨਾਂ ਦੇ ਆਧਾਰ ਤੇ ਪਾਸ ਹੋਣ ਦੀ ਸੰਭਾਵਨਾ ਹੈ ਸੋ ਇਸ ਕਰਕੇ ਕਰੋਨਾ ਦੇ ਵਾਦੇ ਮੱਦੇ ਨਜ਼ਰ ਕਰੋਨਾ ਦੇ ਵਾਦੇ ਤੇ ਮੱਦੇ ਨਜ਼ਰ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਵੀਂ ਅੱਠਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਅਗਲੀ ਜਮਾਤ ਵਿੱਚ ਪ੍ਰਮੋਟ ਕੀਤਾ ਜਾਏਗਾ ਸੋ ਪੰਜਾਬ ਦੇ ਮੁੱਖ ਮੰਤਰੀ ਕਪਟਨ ਮਿੰਦਰ ਸਿੰਘ ਦਾ ਵੱਡਾ ਐਲਾਨ 5ਵੀਂ 8ਵੀਂ ਤੇ 10ਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਬਿਨਾਂ ਕੋਈ ਇਮਤਿਹਾਨ ਦਿੱਤੇ ਅਗਲੀ ਜਮਾਤ ਵਿੱਚ ਬਿਠਾ ਦਿੱਤਾ ਜਾਏਗਾ। ਸੋ ਪੰਜਾਬ ਦੇ ਮੁੱਖ ਮੰਤਰੀ ਨੇ ਐਲਾਨ ਕੀਤਾ ਹੈ ਤੇ ਅਗਲੀ ਜਮਾਤ ਵਿੱਚ ਬਿਠਾ ਦਿੱਤਾ ਜਾਏਗਾ ਤੇ ਨਾਲ ਹੀ ਇਹ ਵੀ ਕਿਹਾ ਗਿਆ ਕਿ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ 12ਵੀਂ ਜਮਾਤ ਦੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਬਾਰੇ ਫੈਸਲਾ ਪਹਿਲਾਂ ਹੀ ਮੁਲਤਵੀ ਕਰ ਦਿੱਤਾ ਗਿਆ ਹੈ। ਸੋ ਮੂਲਤਵੀ ਦਾ ਭਾਵੇਂ ਆ 12ਵੀਂ ਦੇ ਐਗਜ਼ਾਮ ਹੋ ਸਕਦੇ ਨੇ ਹਾਲਾਤ ਵੇਖ ਕੇ ਸਥਿਤੀ ਨੂੰ ਵੇਖਣ ਤੋਂ ਸਥਿਤੀ ਨੂੰ ਵੇਖ ਕੇ ਬਾਅਦ ਵਿੱਚ ਫੈਸਲਾ ਲਿਆ ਜਾਏਗਾ ਭਾਵੇਂ 12ਵੀਂ ਜਮਾਤ ਦਾ ਅਜੇ ਕੋਈ ਡਿਸੀਜਨ ਨਹੀਂ ਲਿਆ ਗਿਆ ਪਰ 5ਵੀਂ 8ਵੀਂ ਤੇ 10ਵੀਂ ਨੂੰ ਅਗਲੀ ਜਮਾਤ ਵਿੱਚ ਪ੍ਰੋਮੋਟ ਕਰ ਦਿੱਤਾ ਗਿਆ ਹੈ ਇਸ ਵਿਸ਼ੇਸ਼ ਮੀਟਿੰਗ ਵਿੱਚ ਮੈਡੀਕਲ ਸਿੱਖਿਆ ਮੰਤਰੀ ਓਪੀ ਸੋਨੀ ਸਿੱਖਿਆ ਮੰਤਰੀ ਸ਼੍ਰੀ ਵਿਜੇਂਦਰ ਸਿੰਘਲਾ ਮੁਖ ਸਕੱਤਰ ਵਿੰਨੀ ਮਹਾਜਨ ਤੇ ਡੀਜੀਪੀ ਪੰਜਾਬ ਸ਼੍ਰੀ ਦਿਨਕਰ ਗੁਪਤਾ ਹਾਜ਼ਰ ਸਨ ਸੋ 5ਵੀਂ 8ਵੀਂ ਤੇ 10ਵੀਂ ਦੇ ਵਿਦਿਆਰਥੀਆਂ ਨੂੰ ਅਗਲੀਆਂ ਜਮਾਤਾਂ ਵਿੱਚ ਪ੍ਰੋਮੋਟ ਕੀਤਾ ਗਿਆ ਹੈ ਅਤੇ 12ਵੀਂ ਜਮਾਤ ਦੇ ਐਗਜ਼ਾਮ ਨੂੰ ਪੋਸਟਪੋਨ ਕੀਤਾ ਗਿਆ ਹੈ ਮੁਲਤਵੀ ਕੀਤਾ ਗਿਆ ਹੈ ਬਾਅਦ ਵਿੱਚ ਸਥਿਤੀ ਵੇਖ ਕੇ ਇਹਦੇ ਬਾਰੇ ਡਿਸੀਜਨ ਲਿਆ ਜਾਏਗਾ ਸੋ ਕੱਲ ਯਾਨੀ 14 ਅਪ੍ਰੈਲ ਨੂੰ ਪੰਜਾਬ ਜਿਹੜਾ CBSE ਨੇ ਡਿਸੀਜਨ ਲਿਆ ਸੀ ਤੇ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਤੇ ਪੰਜਾਬ ਸਰਕਾਰ ਨੇ ਇਹ ਫੈਸਲਾ ਫਾਈਨਲੀ ਕੀਤਾ ਹੈ ਸੋ ਪਿਆਰੇ ਵਿਦਿਆਰਥੀਓ ਸਹੀ ਤੇ ਐਕਿਊਰੇਟ ਜਾਣਕਾਰੀ ਪ੍ਰਾਪਤ ਕਰਨ ਲਈ ਵੇਖਦੇ ਰਹੋ ਕਨਸੈਪਟ ਗੁਰੂ AK ਚੈਨਲ ਪੋਲੀਟੀਕਲ ਸਾਇੰਸ ਪਲੱਸ 1 2 ਨਾਲ ਸੰਬੰਧਿਤ ਸਾਰੀਆਂ ਵੀਡੀਓਜ਼ ਮੇਰੇ ਚੈਨਲ ਤੇ ਉਪਲਬਧ ਹਨ ਥੈਂਕ ਯੂ ਵੈਰੀ ਮਚ ਬਹੁਤ ਬਹੁਤ ਧੰਨਵਾਦ ਥੈਂਕ ਯੂ